ਜਿਹੜੇ ਹੋਰ ਹਿਸਟੋਗ੍ਰਾਮਸ ਵਗੈਰਾ ਦੇ ਕੁਐਸਚਨਸ ਤੇ ਪਜ਼ਲ ਦਿੱਤੇ ਹੈ ਜਾਂ ਆਪਾਂ ਨੂੰ ਰੈਕਟੈਂਗਲ ਤੇ ਸਕੁਅਰ ਤੇ ਏਰੀਆ ਪੈਰੀਮੀਟਰ ਨਾਲ ਰਿਲੇਟਡ ਪਹਿਲਾ ਕੁਐਸਚਨ ਬਹੁਤ ਹੀ ਸੌਖਾ ਹੈ ਕਹਿੰਦਾ ਇੱਕ ਆਇਤ ਦੀਆਂ ਲਾਗ ਦੀਆਂ ਭੁਜਾਵਾਂ ਦਿੱਤੀਆਂ ਆਹ ਰੈਕਟੈਂਗਲ ਆਇਤ ਦਾ ਮਤਲਬ ਆ ਲਾਗ ਦੀਆਂ ਮਤਲਬ ਨਾਲ ਨਾਲ ਲੰਬਾਈ ਇੱਕ ਭੁਜਾ ਦਿੱਤੀ ਹੈ 2p ਪਲੱਸ 3 ਕਿਆ ਉਹ ਦੂਜੀ ਭੁਜਾ ਦਿੱਤੀ ਹੈ 2p ਮਾਈਨਸ 3 ਕਹਿੰਦਾ ਆਇਤ ਦਾ ਖੇਤਰਫਲ ਫਾਰਮੂਲਾ ਦੱਸੋ ਪਤਾ ਹੈ ਲੰਬਾਈ ਗੁਣਾ ਚੌੜਾਈ ਇਹ ਦੋਨੋਂ ਮਲਟੀਪਲਾਈ ਕਰਾਂਗੇ ਹੁਣ ਦੇਖੋ 2p ਪਲੱਸ 3 ਕਿਆ ਉਹ 2p ਮਾਈਨਸ 3 ਹੁਣ ਫੇਰ ਇਹ ਫਾਰਮੂਲਾ ਆ ਗਿਆ 8ਵੀਂ ਦਾ 8ਵੀਂ ਦਾ ਫਾਰਮੂਲਾ ਆਪਾਂ ਦਿੱਤਾ ਸੀ a ਪਲੱਸ b a ਮਾਈਨਸ b ਕਿੰਨੇ ਬਰਾਬਰ ਸੀ a ਦੀ ਪਾਵਰ 2 ਮਾਈਨਸ b ਦੀ ਪਾਵਰ 2 ਇੱਥੇ a ਕੀ ਹੈ 2p ਦੀ ਪਾਵਰ 2 ਮਾਈਨਸ 3q ਦੀ ਪਾਵਰ 2 2 ਦੀ ਪਾਵਰ 2 ਕਿੰਨਾ ਆਇਆ 2 ਦੀ ਪਾਵਰ 4 p ਦੀ ਪਾਵਰ 2 ਮਾਈਨਸ 3 ਦੀ ਪਾਵਰ 2 9 q ਦੀ ਪਾਵਰ 2 ਕਿਹੜਾ ਜਵਾਬ ਆਇਆ 3 ਦਿੱਤੇ ਗਏ ਵਿਅੰਜਕ ਯਾਨੀ ਕਿ a ਸਟਮ y ਅਤੇ y ਦੀ ਪਾਵਰ 2 ਦੇ ਗੁਣਾਂਕ ਡੈਸ਼ ਅਤੇ ਡੈਸ਼ ਪਹਿਲਾ ਸ਼ਬਦ ਗੁਣਾਂਕ ਇੰਗਲਿਸ਼ ਵਿੱਚ ਕੋਫੀਸ਼ੀਐਂਟਸ ਕੀ ਨੂੰ ਕਹਿੰਦੇ ਆ ਯਾਦ ਹੈ ਜਿਵੇਂ ਗੁਰਜੀਤ ਨਾਲ ਕੌਣ ਬੈਠਾ ਸੀ ਤੇ ਲਵਪ੍ਰੀਤ ਤਾਂ ਲਵਪ੍ਰੀਤ ਗੁਰਜੀਤ ਦਾ ਗੁਣਾਂਕ ਹੈ ਕੋਫੀਸ਼ੀਐਂਟ ਜੇ ਮੈਂ ਪੁੱਛੂਗੀ ਕਿ ਗੁਰਜੀਤ ਦਾ ਗੁਣਾਂਕ ਜਾਂ ਕੋਫੀਸ਼ੀਐਂਟ ਕੌਣ ਹੈ ਜੋ ਗੁਰਜੀਤ ਨਾਲ ਸੀਟ ਤੇ ਬੈਠਾ ਹੈ ਉਹ ਹੈਗਾ ਹੁਣ ਇੱਥੇ ਆਪਾਂ ਨੂੰ y ਦਾ ਗੁਣਾਂਕ ਪੁੱਛਿਆ ਪਹਿਲਾਂ ਪੂਰੀ ਰਕਮ 'ਚ y ਲਿਖੀ ਹੈ ਇੱਥੇ y ਹੈ ਹਾਂਜੀ y ਹੈਗਾ ਪਰ ਇੱਥੇ y ਦੀ ਪਾਵਰ ਕਿੰਨੀ ਹੈ 3 ਤੇ ਆਪਾਂ ਨੂੰ ਇਕੱਲੀ y ਦੀ ਪਾਵਰ 1 ਵਾਲਾ ਚਾਹੀਦਾ ਹੈ ਇੱਥੇ y ਦੀ ਪਾਵਰ 1 ਹੈਗੀ ਹੈ ਹਾਂਜੀ ਹੈਗੀ ਹੈ ਯਾਨੀ ਕਿ ਆਹ ਰਕਮ ਆਪਾਂ ਨੂੰ ਚਾਹੀਦੀ y ਦੀ ਪਾਵਰ 1 ਹੈਗੀ ਹੈ ਨਹੀਂ ਇੱਥੇ y ਦੀ ਪਾਵਰ 1 ਹੈਗੀ ਹੈ ਨਹੀਂ ਤਾਂ ਪੂਰੀ ਰਕਮ 'ਚ y ਦੀ ਪਾਵਰ 1 ਇਸ ਰਕਮ 'ਚ ਉੱਥੇ ਆ ਹੁਣ ਇੱਥੇ y ਦੀ ਪਾਵਰ 1 ਨਾਲ ਕੀ ਰਕਮ ਲਿਖੀ ਹੈ ਦੱਸੋ ਮੈਨੂੰ x ਦੀ ਪਾਵਰ 3 ਲਿਖਿਆ ਹੋਰ ਕੀ ਲਿਖਿਆ y 2 y ਨਹੀਂ ਦੱਸਣਾ y ਦਾ ਆਪਾਂ ਲੱਭਣਾ ਉਹਦੇ ਨਾਲ ਉਸ ਸੀਟ ਤੇ ਜੋ ਜੋ ਬੈਠਾ ਇੱਕ 2 ਬੈਠਾ ਹੈਨਾ ਇੱਕ ਦਾ 2 ਬੈਠਾ ਹੈ ਇੱਕ y ਛੱਡ ਕੇ x ਦੀ ਪਾਵਰ 3 ਤੇ ਨਾਲ ਸਾਈਨ ਕਿਹੜਾ ਮਾਈਨਸ ਪਲੱਸ ਅੱਗੇ ਸਾਈਨ ਅਗਲਾ ਕਿਹੜਾ ਤਾਂ y ਦਾ ਗੁਣਾਂਕ ਕੋਫੀਸ਼ੀਐਂਟ ਹੋ ਹੁਣ ਯਾਨੀ y ਦੀ ਪਾਵਰ ਕਿੰਨਾ ਕੋਫੀਸ਼ੀਐਂਟ ਲੱਭਣਾ 2 2 ਦਾ ਤਾਂ ਪੂਰੀ ਰਕਮ ਵਿੱਚ ਹੁਣ ਇੱਥੇ y ਦੀ ਪਾਵਰ 2 ਹੈਗੀ ਹੈ ਨਹੀਂ ਇੱਥੇ ਨਹੀਂ ਜੀ ਇੱਥੇ ਹਾਂਜੀ ਅਗਲੀ ਚ ਨਹੀਂ ਹੁਣ ਇੱਥੇ y ਦੀ ਪਾਵਰ 2 ਨਾਲ ਕਿਹੜਾ ਸਾਈਨ ਤੇ ਕੀ ਕੀ ਲਿਖਿਆ ਸਾਈਨ ਹੈ ਤੇ ਹੀ x ਲੱਗਾ ਬਸ ਟੋਟਲ ਤੇ ਆ ਜਵਾਬ ਆ ਗਿਆ ਦੱਸੋ ਕਿਹੜਾ ਆਇਆ ਪਹਿਲੀ ਪਹਿਲੀ y ਦੀ ਪਾਵਰ 3 ਕੋਮਾ ਮਾਈਨਸ ਸਮਾਂ ਲੱਗੀ ਹਾਂਜੀ ਅਗਲਾ ਸਵਾਲ ਇਹ ਵੀ ਬਹੁਤ ਸੌਖਾ ਜੇ ਤੁਹਾਨੂੰ ਪੁਰਾਣੇ ਬੱਚਿਆਂ ਨੂੰ ਯਾਦ ਹੋਵੇ ਆਪਾਂ ਐਕਟੀਵਿਟੀ ਕੀਤੀ ਸੀ ਕਿ ਐਕਟੀਵਿਟੀ 'ਚ ਕੀ ਕੀਤਾ ਸੀ ਕਿ ਜੇ ਆਪਾਂ 2+5 ਦਿਖਾਣੇ ਹੁੰਦੇ ਸੀ ਆਪਾਂ 2 ਨੰਬਰ ਤੋਂ ਚੱਲਦੇ ਸੀ ਕਿੰਨੇ ਕਦਮ ਛਾਂਕ ਮਾਰਦੇ ਸੀ 2+5 ਹੁਣ ਇੱਥੇ ਉਲਟ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਕਮ ਬਣਾਈ ਹੋਈ ਹੈ ਆਪਾਂ ਇਹਦੀ ਲਿਖਣੀ ਹੈ ਰਕਮ ਕਿੰਨੀ ਬਣੀ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਚਿੱਤਰ ਵਿੱਚ ਓ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਣਾ ਹੈ ਯੂ ਤੱਕ ਤਾਂ ਆਪਾਂ ਇਹ ਰਕਮ ਲਿਖਣੀ ਆ ਵੀ ਛਲਾਂਗਾ ਕਿੰਨੀਆਂ ਮਾਰੀਆਂ 2 2 ਕਿਹੜੀਆਂ ਮਾਰੀਆਂ ਪੀਪੀ ਓ ਪੀਪੀ ਦੀਆਂ ਮਤਲਬ ਮੈਂ ਇੱਥੋਂ ਛਲਾਂਗ 3-3 ਕਿਲੋਮੀਟਰ ਦੀ ਮਾਰੀ ਹੈ ਪਹਿਲੀ ਛਲਾਂਗ 3 ਕਿਲੋਮੀਟਰ ਦੂਜੀ ਛਲਾਂਗ 'ਚ ਤਾਂ ਟੋਟਲ ਮੈਂ ਕਿੰਨੇ ਕਿਲੋਮੀਟਰ ਕਵਰ ਕਰ ਲਿਆ 6 ਮੈਂ 2 ਛਲਾਂਗਾਂ ਮਾਰੀ ਸੌਖਾ ਗੱਲ ਨੇ ਮੈਂ 2 ਛਲਾਂਗਾਂ ਮਾਰੀਆਂ ਪਹਿਲੀ ਛਲਾਂਗ ਤੇ ਮੈਂ 200 ਮੀਟਰ ਦੀ ਮਾਰੀ
ਦੂਜੀ ਛਲਾਂਗ ਵੀ ਮੈਂ 200 ਮੀਟਰ ਦੀ ਮਾਰੀ ਤਾਂ ਟੋਟਲ ਮੈਂ ਕਿੰਨੇ ਆ 400 ਮੀਟਰ ਹੁਣ ਇੱਥੇ ਪਹਿਲੀ ਛਲਾਂਗ P ਦੀ ਵੱਜੀ ਦੂਜੀ ਵੀ ਛਲਾਂਗ P ਦੀ ਵੱਜੀ ਤਾਂ ਟੋਟਲ P ਕਿੰਨੇ ਹੋ ਗਏ 2 ਤਾਂ ਇੰਨਾ ਹੋ ਗਿਆ ਆਪਣਾ 2P ਅੱਗੇ ਕਿੰਨਾ ਉਹਨੇ ਕਵਰ ਕੀਤਾ 7 ਤਾਂ ਫਿਰ O ਤੋਂ ਲੈ ਕੇ U ਤੱਕ ਦੀ ਉਹਨੇ ਕਿੰਨੀ ਦੂਰੀ ਕਵਰ ਕਰ ਲਈ 2P ਪਲੱਸ 7 ਹੁਣ ਇਹ ਦੋਵਾਂ ਨੂੰ ਮੈਂ ਜੋੜ ਸਕਦੀ ਹਾਂ ਨਹੀਂ सरिता को एक्स बनते मेरे को पांच दस पंद्रह नहीं की है एक्स बनते मेरे को एक्स बनते वीरो को उस नालो दस बनते वक्त है हूं मान लो ਹਰਮੀਤ ਕੋਲ ਮੇਰੇ ਨਾਲੋਂ ਕਿੰਨੇ ਬੰਟੇ ਵੱਧ ਹੈ ਜੇ ਮੇਰੇ ਕੋਲ 5 ਬੰਟੇ ਹੈ ਤਾਂ ਹਰਮੀਤ ਕੋਲ ਦੇ ਕਿੰਨੇ ਹੋ ਗਏ 15 ਹੁਣ ਮੇਰੇ ਕੋਲ ਇੱਥੇ x ਹੈ ਤਾਂ ਹਰਮੀਤ ਕੋਲ ਕਿੰਨੇ ਹੋ ਗਏ x ਪਲੱਸ 7 ਠੀਕ ਹੈ ਦੋਵੇਂ ਆਪਣੇ ਬੰਟੇ ਇਕੱਠੇ ਕਰ ਲਿਆਂਦੀਆਂ ਹਨ ਮੈਂ ਕੀ ਕੀਤਾ ਮੈਂ ਹਰਮੀਤ ਨੂੰ ਕਿਹਾ ਕਿ ਆਪਾਂ ਆਪਣੇ ਬੰਟੇ ਇਕੱਠੇ ਕਰ ਲੈਣੇ ਤੇ ਅਸੀਂ ਇਕੱਠੇ ਇੱਕ ਟੇਬਲ ਤੇ ਰੱਖ ਦੇ ਤਾਂ ਮੇਰੇ ਕੋਲ 5 ਬੰਟੇ ਸੀ ਇਹਨੂੰ ਕੋਲ 15 ਸੀ ਤਾਂ ਟੋਟਲ ਸਾਡੇ ਕੋਲ 20 ਬੰਟੇ ਦੋਵਾਂ ਨੂੰ ਜੋੜਿਆ ਇੱਥੇ ਮੇਰੇ ਕੋਲ x ਸੀ ਇੱਧਰ x + 10 ਸੀ ਦੋਵਾਂ ਨੂੰ ਜੋੜਿਆ ਤਾਂ ਕਿੰਨੇ x ਹੋ ਗਏ 10 2x 2x + 10 ਹੁਣ ਇਹ ਆਪਸ ਵਿੱਚ ਜੋੜ ਸਕਦੇ ਆ ਨਹੀਂ ਇੱਥੋਂ ਤੱਕ ਹੋ ਗਈ ਗੱਲ ਅੱਗੇ ਅੱਗੇ ਉਹਨਾਂ ਵਿੱਚੋਂ 15 ਬੰਟੇ ਅਰਜੀਤ ਨੂੰ ਦੇ ਦਿੰਦੀਆਂ ਹੁਣ ਅਸੀਂ ਕੀ ਕੀਤਾ ਇਹਦੇ ਵਿੱਚੋਂ 15 ਬੰਟੇ ਹੁਸਨ ਨੂੰ ਦੇ ਦਿੱਤੇ ਤਾਂ ਫਿਰ ਇਹਦੇ ਵਿੱਚੋਂ 15 ਬੰਟੇ ਮੈਂ ਕੀ ਕਰੂੰਗੀ ਘਟਾਣੇ ਹੁਣ 15 2x ਚੋਂ ਘਟਾਵਾਂਗੇ ਨਹੀਂ ਕਿਉਂ ਘਟਾਵਾਂਗੇ ਇਹਦੇ ਵਿੱਚੋਂ 10 ਵਿੱਚੋਂ 2x ਤੋਂ ਵੀ ਲਿਖਿਆ ਗਿਆ ਹੁਣ ਇਹਨੂੰ ਘਟਾਓ ਕਿੰਨਾ ਆ 5 ਹੋ ਗਿਆ ਮਾਈਨਸ ਠੀਕ ਹੈ ਜੀ ਉਹਨਾਂ ਕੋਲ ਬਚੇ ਬੰਟਿਆਂ ਦੀ ਗਿਣਤੀ ਨੂੰ ਹੇਠ ਲਿਖ ਕੇ ਕਿਹੜੇ ਵਿਅੰਜਕ ਰਾਈ ਦੇ ਸਾਂ ਜਾ ਸਕਦਾ ਉਹਨੇ 2x - 5 3 ਕੋਈ ਫਾਰਮੂਲਾ ਨਹੀਂ ਲੱਗਿਆ ਸਿਰਫ ਜਿਹੜੀ ਆਪਾਂ ਗਿਣਤੀ ਕਹਿੰਦੇ ਮੈਨੂੰ 5 ਬੰਟੇ ਦਿੱਤੇ ਮੈਨੂੰ 6 ਬੰਟੇ ਦਿੱਤੇ ਉਹਨਾਂ ਨੇ ਉਹਨੂੰ ਅੰਗਰੇਜ਼ੀ ਵੇਰੀਏਬਲ 'ਚ ਲਿਖਿਆ ਬਸ ਸਮਝ ਲੱਗ ਗਿਆ ਹੁਣ ਜਿਹੜਾ ਪੰਜਵਾਂ ਸਵਾਲ ਹੈ ਆਪਾਂ ਇੱਕ ਹੁਣੇ ਫਾਰਮੂਲਾ ਕੀਤਾ ਸੀ a + b ਦੀ ਪਾਵਰ 2 ਦਾ a ਦੀ ਪਾਵਰ 2 + b ਦੀ ਪਾਵਰ 2 + 2ab ਇੱਥੇ ਥੋੜਾ ਜਿਹਾ ਫਰਕ ਹੈ ਇੱਥੇ a ਦਾ x ਹੈ + b ਕੀ ਹੈ ਉਹਦਾ ਉਲਟ x ਦਾ ਉਲਟ 1/x ਹੀ ਹੁੰਦਾ ਹੈ ਤਾਂ x + 1/x ਦੀ ਪਾਵਰ 2 ਕੀ ਬਣਿਆ x ਦੀ ਪਾਵਰ 2 + 1/x ਦੀ ਪਾਵਰ 2 प्लस 2 गुना x गुना 1 बाय x और x से x आपस की हो गए कटे गए कटे वो में इनका और x प्लस 1 बाय x का मूल्य कितना देता है जी 2 यानी कि 2 की पावर 2 आ गया हां जी बराबर x की का 2 प्लस 1 बाय x की का 2 के फिर से भी गला कितना बच गया 2 आ 2 इससे डबल की बनाए यानी कि मेरे को आ गया जिन्हें इससे लिखा 2 ਦੀ ਪਾਵਰ 2 4 ਹਾਂਜੀ ਆ 2 ਇੱਧਰ ਆ ਗਿਆ ਮਾਈਨਸ 2 ਬਰਾਬਰ x ਦੀ ਘਾਤ 2 ਪਲੱਸ 2 ਹੁਣ 4 ਤੋਂ 2 ਘਟਾਏ 2 ਯਾਨੀ ਕਿ x ਦੀ ਘਾਤ 2 ਪਲੱਸ 1 / x ਦੀ ਘਾਤ 2 ਜਵਾਬ ਕਿੰਨਾ ਆ ਗਿਆ 2 ਹੁਣ ਦੇ ਇੱਥੇ ਜਦੋਂ ਉੱਪਰ x ਤੇ ਇਕੱਲਾ x ਸੀ ਤਾਂ ਵੀ ਜਵਾਬ 2 ਹੁਣ ਇੱਥੇ ਜਦੋਂ x ਤੇ ਸਿੱਧੇ ਪਾਵਰ 2 ਆ ਗਈ ਫੇਰ ਵੀ ਜਵਾਬ 2 ਤਾਂ ਇਸ ਦਾ ਮਤਲਬ ਜੇ ਇੱਥੇ 2 ਦੀ ਜ਼ਰੂਰਤ ਦੀ ਬਜਾਏ ਮੈਂ 4 ਲੈ ਲੂੰਗੀ ਤਾਂ ਵੀ ਜਵਾਬ ਕਿੰਨਾ ਆਊਗਾ 2 ਜੇ ਮੈਂ 6 ਲੈ ਲੂੰਗੀ ਤਾਂ ਵੀ ਜਵਾਬ ਕਿੰਨਾ ਆਊਗਾ 2 ਤਾਂ ਹਰ ਵਾਰ 2 ਹੀ ਆ ਜਾਣਾ ਤੇ ਇਹਨਾਂ ਨੇ ਜਵਾਬ ਕਿੰਨਾ ਦਿਆ ਪਾਵਰ ਜਿੰਨੀ ਮਰਜ਼ੀ ਲਈ ਚਲੋ ਆਪਣੇ ਕੋਲ ਜਵਾਬ ਕਿੰਨਾ ਹੀ ਜਾਣਾ 2 ਇਹਨਾਂ ਨੇ ਕਿਹੜੀ ਪਾਵਰ ਲੈਣ ਨੂੰ ਗਿਆ 2 ਤਾਂ ਜਵਾਬ ਇਹਨਾਂ ਦਾ ਕਿਹੜਾ ਆਊਗਾ 2 ਤਾਂ ਕਿਹੜੀ ਆਪਸ਼ਨ ਆ ਗਈ ਸਮਝ ਲਾ ਜੀ ਪਰ ਸਵਾਲ ਤੇ ਸੱਤਵਾਂ ਬਹੁਤ ਹੀ ਸੌਖਾ ਹੈ ਇਹ ਸਾਰੀ ਸ਼ੀਟ ਬਹੁਤ ਹੀ ਸੌਖੀ ਹੈ ਤੁਸੀਂ ਦੇਖ ਲਈ ਜੇਕਰ a ਬਰਾਬਰ 2 b - 1 c 0 ਹੈ ਤਾਂ ਦਿੱਤੇ ਗਏ ਵਿਅੰਜਕ ਦਾ ਮੁੱਲ ਹੋਵੇਗਾ ਮਤਲਬ
दिखती है ए डी ए प्लस ए बी प्लस ए डी सी इन्हे च ए की वैल्यू कितनी भरनी है जीरो 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 किसे भी रकम में मल्टीप्लाई करिए जीरो। अच्छा अब माइनस दो में और इनका जवाब दो माइनस दो जीरो ते हम इनका जवाब जीरो ऑप्शन के लिए जीरो। समझ लगी सत्वा स्वाद उसको भी सौखा सत्वी जमात के 15 बच्चियां दे बस्तियां विच कापियां दी गिनती हेठ लिखे अनुसार है दित्ते अंकड़ियां दी विचलन सीमा इंग्लिश जिनू की कहने आपा रेंज 7 क्लास च आपा दिखी सी रेंज या विचलन सीमा किवें करदे सी याद है ओ तो सारणी सी टेबल सी हां वेरी गुड हरदीप वेरी गुड क्लैपिंग करो विचलन सीमा विचलन विचलन तो याद रखो विचाली सब तो बड़ी रकम विचों सब तो छोटी रकम माइनस सब तो बड़ी रकम केड़ी है 15 उनदे जो सब तो छोटी तो 15 तो जीरो घटाए तो जवाब केड़ा आया टाइपिंग दर ग्राफ विच दिखाई गई है आ ग्राफ है थल्ले टाइम दिता है इधर गोल्स मतलब कि मैं जे मेरा ग्राफ दिखाया युवराज ता मैं 10 स्किंटा टाइम इन सेकंड्स है मतलब स्किंट है 10 स्किंटा विच मैं किन्ने वर्ड टाइप कीते कंप्यूटर ते 10 ते आ ग्राफ लाइन जांदी भई है ना आ दसूंगा तोड़े दोस्त ने 45 स्किंटा विच लगभग किन्ने शब्द टाइप कीते ओ दसूंगा ਉਹਨਾਂ 45 40 ਤੋਂ 50 ਵਿੱਚ ਵਾਲੀ ਲਾਈਨ ਹੋ ਗਈ ਤੇ ਸਕਰੀਨ ਤੇ ਇੱਧਰ ਦੇਖਦੇ ਆ ਆ 45 ਸਕਿੰਟ ਹੋ ਗਈ 45 ਸਕਿੰਟ ਵਾਲੀ ਲਾਈਨ ਗ੍ਰਾਫ ਤੇ ਕਿੱਥੇ ਜਾ ਕੇ ਮਿਲਦੀ ਆ ਇੱਥੇ ਮਿਲੀ ਆ ਇੱਧਰ ਸਭ ਨੂੰ ਦੇਖੋ ਕਿੰਨੇ ਆ 40 ਇਹਦਾ ਜਵਾਬ ਆ 40 ਖਤਮ ਠੀਕ ਹੈ